ਵੈਲਕਮ ਮਾਈ ਡੀਅਰ ਸਟੂਡੈਂਟਸ ਅੱਜ ਆਪਾਂ ਐਕਸਰਸਾਈਜ਼ 8.2 ਕਰਾਂਗੇ ਪਰਸੈਂਟੇਜ ਪਰਸੈਂਟੇਜ ਠੀਕ ਹੈ ਜੀ ਪਰਸੈਂਟੇਜ ਹੁੰਦੀ ਕੀ ਹੈ ਪਹਿਲਾਂ ਪਰਸੈਂਟੇਜ ਦਾ ਸਾਈਨ ਕੀ ਆ ਪਰਸੈਂਟੇਜ ਦਾ ਸਾਈਨ ਹੈ ਬੇਟਾ ਜੀ ਜੋ ਮੈਂ ਸ਼ੋ ਕੀਤਾ ਹੋਇਆ ਦੇਖੋ ਪਰਸੈਂਟੇਜ ਦਾ ਸਾਈਨ ਹੈ ਆਪਣੇ ਕੋਲ ਇਹਨੂੰ ਆਪਾਂ ਇਦਾਂ ਸ਼ੋ ਕਰਦੇ ਆ ਠੀਕ ਹੈ ਜੀ ਪਰਸੈਂਟੇਜ ਆ ਮੰਨ ਲਓ ਕੋਈ ਨੰਬਰ ਆ ਐਕਸ ਠੀਕ ਹੈ ਆਪਾਂ ਉਹਨੂੰ ਪਰਸੈਂਟੇਜ ਚ ਕਨਵਰਟ ਕਰਨਾ ਤੱਪਾ ਕੀ ਕਰਾਂਗੇ ਬੇਟਾ ਜੀ ਉਹਨੂੰ 100 ਨਾਲ ਮਲਟੀਪਲਾਈ ਠੀਕ ਹੈ ਜੀ ਤੇ ਸਾਈਨ ਕੀ ਪਾਵਾਂਗੇ ਇਦਾਂ ਪਰਸੈਂਟ ਦਾ ਸਾਈਨ ਨਾਲ ਪਾਵਾਂਗੇ ਇਸ ਤੋਂ ਉਲਟ ਜੇ ਆਪਣੇ ਕੋਲ x ਪਰਸੈਂਟੇਜ 기ਵਨ ਆ ਇਹਨੂੰ ਕਿਸੇ ਨੰਬਰ ਚ ਕਨਵਰਟ ਕਰਨਾ ਰੈਸ਼ੀਅਲ ਨੰਬਰ ਵਗੈਰਾ ਚ ਕਨਵਰਟ ਕਰਨਾ ਪਰਸੈਂਟੇਜ ਖਤਮ ਕਰਨੀ ਆ ਤਾਂ ਆਪਾਂ ਕੀ ਕਰਾਂਗੇ ਜੀ 100 ਨਾਲ ਡਿਵਾਈਡ ਫਿਰ ਆਪਾਂ x 100 ਪਾਵਾਂਗੇ ਠੀਕ ਹੈ ਜੀ ਦੇਖੋ ਅੱਜ ਆਪਾਂ ਇਸ ਟੌਪਿਕ ਨਾਲ ਰਿਲੇਟਡ ਐਕਸਰਸਾਈਜ਼ 8.2 ਕਰਨ ਜਾ ਰਹੇ ਹਾਂ ਦੇਖੋ ਫਰਸਟ ਕੁਐਸਚਨ ਹੈ ਕਨਵਰਟ ਦਾ ਫੋਲੋਇੰਗ ਫ੍ਰੈਕਸ਼ਨਸ ਇੰਟੂ ਪਰਸੈਂਟੇਜ ਠੀਕ ਹੈ ਹੇਰ ਲਿਖਿਆ ਪਿੰਨਾ ਨੂੰ ਆਪਾਂ ਨੇ ਪਰਸੈਂਟੇਜ ਦੇ ਵਿੱਚ ਪ੍ਰਸੈਂਟੇਜ ਦੇ ਵਿੱਚ ਬਦਲਣਾ ਹੈ ਪੰਜਾਬੀ ਚ ਕੀ ਬੋਲਦੇ ਆਪਾਂ ਪ੍ਰਤੀਸ਼ਤ ਜੇ ਫਰਸਟ ਕੁਐਸਚਨ ਹੈ ਫਰਸਟ ਦਾ 1/8 ਠੀਕ ਹੈ ਜੀ ਇਹਨੂੰ ਆਪਾਂ ਕਿਚ ਕਨਵਰਟ ਕਰਨਾ ਪਰਸੈਂਟੇਜ ਦੇ ਵਿੱਚ ਪਰਸੈਂਟੇਜ ਚ ਕਨਵਰਟ ਕਰਨ ਲਈ ਆਪਾਂ ਨੂੰ 1/8 ਨੂੰ ਕਿਦਣਾ ਮਲਟੀਪਲਾਈ ਕਰਨਾ ਪਏਗਾ 100 ਦੇ ਨਾਲ ਠੀਕ ਹੈ ਜੀ ਹੁਣ ਦੇਖੋ 4 ਦੇ 2 ਤੇ ਕੱਢ ਗਿਆ 42 ਦਾ 8 ਇਹਨੂੰ ਆਪਾਂ 100 ਨੂੰ 4 ਤੇ ਡਿਵਾਈਡ ਕਰਾਂਗੇ ਜੀ ਕਿੰਨਾ ਆ ਗਿਆ ਆਪਣੇ ਕੋਲ 25 ਆਪਣੇ ਕੋਲ ਅਨਸਰ ਬਣ ਜੇਗਾ 25/2 ਪਰਸੈਂਟ ਠੀਕ ਹੈ ਜੀ 25/2 ਪਰਸੈਂਟ ਇਹਨੂੰ ਆਪ ਫ੍ਰੈਕਸ਼ਨ ਚ ਮਿਕਸਡ ਫ੍ਰੈਕਸ਼ਨ ਜਿਵੇਂ ਕਨਵਰਟ ਕਰ ਸਕਦੇ ਆ ਜਦੋਂ ਆਪਾਂ 25 ਨੂੰ ਠੀਕ ਹੈ ਜੀ 2 ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ ਦੇਖੋ ਜਦੋਂ 2 ਤੇ ਡਿਵਾਈਡ ਕਰਦੇ ਆ ਤਾਂ ਆਪਣੇ ਕੋਲ ਜਿਹੜਾ ਕੋਸ਼ੀਐਂਟ ਆ ਉਹ ਕਿੰਨਾ ਆ ਗਿਆ 12 ਰਿਮੇਂਡਰ ਕਿੰਨਾ ਆ ਗਿਆ 1 ਠੀਕ ਹੈ ਇਹਨੂੰ ਆਪਾਂ ਮਿਕਸਡ ਫ੍ਰੈਕਸ਼ਨ ਦੇ ਵਿੱਚ ਕਿਵੇਂ ਲਿਖ ਸਕਦੇ ਆ 12 ਸਹੀ 1/2 ਪਰਸੈਂਟ ਪ੍ਰਤੀਸ਼ਤ ਠੀਕ ਹੈ ਜੀ ਐਦਾਂ ਹੀ ਦੇਖੋ ਆਪਾਂ ਨੈਕਸਟ ਕੁਐਸਚਨ ਕਰਦੇ ਆ ਨੈਕਸਟ ਕੁਐਸਚਨ ਹੈ ਬੇਟਾ ਜੀ ਆਪਣੇ ਕੋਲ 49/50 ਠੀਕ ਹੈ 49/50 ਇਨ ਨੂੰ ਵੀ ਆਪਾਂ 100 ਨਾਲ ਮਲਟੀਪਲਾਈ ਕਰਾਂਗੇ ਜ਼ੀਰੋ ਜ਼ੀਰੋ ਕੱਟ ਗਈ 5 ਦੇ ਟੇਬਲ ਤੇ 10 ਕੱਟ ਗਿਆ 5 ਟੂਜ਼ 10 49 ਨੂੰ ਆਪਾਂ ਨੇ 2 ਨਾਲ ਮਲਟੀਪਲਾਈ ਕੀਤਾ ਕਿੰਨਾ ਬਣ ਗਿਆ ਆਪਣੇ ਕੋਲ ਬੇਟਾ ਜੀ 98 ਕਿੰਨਾ ਅਨਸਰ ਆ ਗਿਆ ਆਪਣੇ ਕੋਲ 98 ਪਰਸੈਂਟ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਅਗਲਾ ਕੁਸ਼ਣ ਹੈ ਆਪਣੇ ਕੋਲ 5/4 ਠੀਕ ਹੈ ਜੀ ਅਗਲਾ ਹੈ 5/4 ਇਹਨੂੰ ਵੀ ਆਪਾਂ 100 ਨਾਲ ਮਲਟੀਪਲਾਈ ਕਰਾਂਗੇ ਠੀਕ ਹੈ 100 ਨੂੰ 4 ਤੇ ਡਿਵਾਈਡ ਕੀਤਾ ਕਿੰਨਾ ਆ ਗਿਆ ਆਪਣੇ ਕੋਲ 20 5 ਠੀਕ ਹੈ ਜੀ ਕਿੰਨਾ ਆ ਗਿਆ ਆਪਣੇ ਕੋਲ 25 25 ਨੂੰ 5 ਨਾਲ ਮਲਟੀਪਲਾਈ ਕੀਤਾ ਕਿੰਨਾ ਬਣ ਗਿਆ ਆਪਣੇ ਕੋਲ 125 ਪਰਸੈਂਟ ਠੀਕ ਹੈ ਜੀ ਉਸ ਤੋਂ ਦੇਖੋ ਨੈਕਸਟ ਕੁਐਸਚਨ ਹੈ ਆਪਣੇ ਕੋਲ ਨੈਕਸਟ ਕੁਐਸਚਨ ਆਪਾਂ ਪਹਿਲਾਂ ਹੀ ਮਿਕਸਡ ਫ੍ਰੈਕਸ਼ਨ ਦਿੱਤੀ ਹੋਈ ਆ ਇਹ ਹੈਗੇ ਆਪਣੇ ਕੋਲ 1 ਸਹੀ 3/8 ਠੀਕ ਹੈ ਪਹਿਲਾਂ ਨੂੰ ਸੈੱਟ ਕਰੋ ਕਿਵੇਂ ਕਰਿਆ 8 ਨੂੰ ਆਪਾਂ 1 ਨਾਲ ਮਲਟੀਪਲਾਈ ਕਰਦੇ ਆ ਫਿਰ ਜਿਹੜਾ ਅਨਸਰ ਆਊਗਾ ਉਹ ਚ ਆਪਾਂ 3 ਐਡ ਕਰਦੇ ਆ 8 ਨੂੰ 1 ਨਾਲ ਕੀਤਾ 8 8 ਚ 3 ਐਡ ਕੀਤੇ ਠੀਕ ਹੈ ਕਿੰਨਾ ਬਣ ਗਿਆ ਆਪਣੇ ਕੋਲ 11 11/8 ਹੁਣ ਆਪਾਂ ਇਹਨੂੰ ਪਰਸੈਂਟੇਜ ਚ ਕਨਵਰਟ ਕਰਨਾ 11/8 100 ਇਹਨੂੰ ਆਪਾਂ 100 ਨਾਲ ਕੀ ਕਰਾਂਗੇ ਜੀ ਮਲਟੀਪਲਾਈ 4th ਟੇਬਲ ਤੇ ਕੱਢ ਗਿਆ 4 2 8 ਇਹਨੂੰ 4th ਡਿਵਾਈਡ ਕਰਾਂ ਕਿੰਨਾ ਆ ਗਿਆ ਆਪਣੇ ਕੋਲ 25 ਠੀਕ ਹੈ ਜੀ 25 ਨੂੰ ਆਪਾਂ 11 ਨਾਲ ਮਲਟੀਪਲਾਈ ਕੀਤਾ ਆਪਣੇ ਕੋਲ ਆ ਗਿਆ 275 2 ਠੀਕ ਹੈ ਜੀ ਇਦੀ ਫਿਰ ਇਨ ਮਿਕਸਡ ਫ੍ਰੈਕਸ਼ਨ ਚ ਕਨਵਰਟ ਕਰ ਲੈ ਡਿਵਾਈਡ ਕਰਕੇ ਇਹ ਆਪਣੇ ਕੋਲ ਕਿੰਨਾ ਬਣ ਜੂਗਾ 137 ਸਹੀ 1/2 ਪ੍ਰਤੀਸ਼ਤ ਪਰਸੈਂਟ ਠੀਕ ਹੈ ਬੇਟਾ ਹੁਣ ਦੇਖੋ ਆਪਾਂ ਨੈਕਸਟ ਕੁਐਸਚਨ ਕਰਾਂਗੇ ਇਹਦਾ ਨੈਕਸਟ ਕੁਐਸਚਨ ਹੈ ਆਪਣੇ ਕੋਲ ਕਨਵਰਟ ਦਾ ਫੋਲੋਇੰਗ ਪਰਸੈਂਟੇਜ ਇੰਟੂ ਫ੍ਰੈਕਸ਼ਨਸ ਇਨ ਸਿੰਪਲੈਸਟ ਫਾਰਮ ਠੀਕ ਹੈ ਹੁਣ ਆਪਾਂ ਨੇ ਉਲਟਾ ਕਰਨਾ ਹੈ ਆਪਾਂ ਨੂੰ ਦੇਖੋ ਪ੍ਰਤੀਸ਼ਤ ਪਰਸੈਂਟੇਜ 기ਵਨ ਆ ਆਪਾਂ ਲ ਸਿੰਪਲੈਸਟ ਫਾਰਮ ਮਤਲਬ ਸਾਰੂਪੇ ਦਾ ਤਿਆਰ ਕਰਨਾ ਦੇਖੋ ਜਿਵੇਂ ਆਪਣੇ ਕੋਲ 25% ਜਿਹੜਾ ਫਰਸਟ ਕੁਐਸਚਨ ਆ ਠੀਕ ਹੈ ਜੀ ਇਹਨੂੰ ਕਿਵੇਂ ਲਿਖਾਂਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ x% ਪਰਸੈਂਟੇਜ ਖਤਮ ਕਰਨੀ ਆ ਪਰਸੈਂਟੇਜ ਦਾ ਮਤਲਬ ਬਟਾ 100 ਇਹਨੂੰ 100 ਤੇ ਡਿਵਾਈਡ ਕਰ ਦਾਂਗੇ ਪਰਸੈਂਟੇਜ ਖਤਮ ਹੋ ਗਈ ਹੁਣ ਇਹ ਦੋਨੋਂ 25 ਦੇ ਟੇਬਲ ਤੇ ਕੱਟ ਗਏ ठीक है ट्वेंटी फाइव जा ट्वेंटी फाइव ट्वेंटी फोर जा हंडर्ड हूँ आपू कि लिखनाए हैं देखो इंटू फ्रैक्शन इन सिंपलैसट फॉर्म सिंपलैसट फॉर्म बन गई इन फ्रैक्शन लिख लो वन रेशो फोर आप रेशोच भी लिख सकते हैं ठीक है बेटा जी फ्रैक्शन से भी लिख सकते हैं फ्रैक्शन की बनूंगा अपने को वन बाय फोर पर इन सिने सिर्फ अपन फ्रैक्शन लिखने कहा इस करके आप वन बाय फोर से ही आंसर देवे ਠੀਕ ਹੈ ਇਹ ਮੈਂ ਤੁਹਾਨੂੰ ਵੈਸੇ ਦੱਸਿਆ ਜਦੋਂ ਆਪਾਂ ਰੇਸ਼ੀਓ ਦੇ ਵਿੱਚ ਜੇ ਆਪਾਂ ਨੇ ਲਿਖਣਾ ਹੋਵੇ ਠੀਕ ਹੈ ਜੀ ਅਗਲਾ ਦੇਖੋ 150% 150% ਨੂੰ ਸੇਮ ਇਦਾਂ ਹੀ ਸੋਲਵ ਕਰਾਂਗੇ 150% ਨੂੰ ਦੇਖੋ ਇਹ ਬਣ ਗਿਆ 150 ਡਿਵਾਈਡਿਡ ਬਾਈ 100 ਠੀਕ ਹੈ ਜ਼ੀਰੋ ਨਾਲ ਜ਼ੀਰੋ ਕੱਟ ਗਈ 5 ਦੇ ਟੇਬਲ ਤੇ ਕੱਟ ਗਈ 5, 5 2 10 5 3 15 ਮਤਲਬ ਫ੍ਰੈਕਸ਼ਨ ਚ ਕੀ ਆ ਗਿਆ ਆਪਣੇ ਕੋ 3/2 ਠੀਕ ਹੈ ਜੀ ਦੇਖੋ ਆਪਾਂ ਇਸ ਨੂੰ ਨੈਕਸਟ ਕੁਸ਼ਚਨ ਕਰਦੇ ਆਂ ਨੈਕਸਟ ਕੁਸ਼ਚਨ ਹੈ ਬੇਟਾ ਜੀ ਆਪਣੇ ਕੋਲ ਇਹ ਹੈ 7 ਸਹੀ 1/2% ਸੇਮ ਇਦਾਂ ਹੀ ਪਹਿਲਾਂ ਮਿਕਸਡ ਫਰੈਕਸ਼ਨ ਨੂੰ ਕਨਵਰਟ ਖਤਮ ਕਰਾਂਗੇ ਆਪਾਂ ਮਿਸ਼ਤ ਪਿੰਨ ਬੋਲਦੇ ਆਂ ਪੰਜਾਬੀ ਚ 7 ਨੂੰ 2 ਨਾਲ ਮਲਟੀਪਲਾਈ ਕੀਤਾ 14 14 'ਚ 1 ਐਡ ਕੀਤਾ ਕਿੰਨਾ ਬਣ ਗਿਆ ਆਪਣੇ ਕੋਲ 15/2% ਠੀਕ ਹੈ ਜੀ ਉਦੋਂ ਹੀ ਪਰਸੈਂਟੇਜ ਖਤਮ ਕਰ ਦੋ 15/2 ਪਰਸੈਂਟੇਜ ਮਤਲਬ ਕਿ बटा 100 ਠੀਕ ਹੈ ਜੀ ਹੁਣ 15 ਤੇ 100 ਦੋਨੋਂ ਫਾਈਵ ਦੇ ਟੇਬਲ ਦੇ ਘਟਾ ਦਿਓ 5 3 15 5 2 10 ਨਾ ਜਾਂਦੀ 0 ਠੀਕ ਹੈ ਜੀ ਇਹ ਬਣ ਗਿਆ ਬੇਟਾ ਜੀ ਆਪਣੇ ਕੋਲ 3 20 ਨੂੰ 2 2 ਨਾਲ ਕੀਤਾ ਕਿੰਨਾ ਬਣ ਗਿਆ 40 3 40 ਆਪਣੇ ਕੋਲ ਇਹਦਾ ਕੀ ਆ ਗਿਆ ਆਨਸਰ ਠੀਕ ਹੈ ਜੀ ਹੁਣ ਆਪਾਂ ਨੈਕਸਟ ਸੋਲਵ ਕਰਦੇ ਆ ਅੱਗੇ ਦੇਖੋ ਬੇਟਾ ਅੱਗੇ ਹੈ ਆਪਣੇ ਕੋਲ ਥਰਡ ਕੁਐਸਚਨ ਅਨੀਤਾਸ ਕਿਓਡ थ्री ट्वेंटी फोर मार्क्स आउट ऑफ फोर हंड्रड मार्क्स अनीता के चार सौ अंकों के तीन सौ चौबीस अंक ले ठीक है जी चार सौ अंकों किन्ने अंक लिन सौ चौबीस फाइन द परसेंटेज ऑफ मार्क्स क्योरड बाय अनीता अनीता ने कि प्रतिशत अंक लो अपने फाइंड आउट करने ने देखो बेटा टोटल मार्क्स ने अपने को टोटल मार्क्स कुल अंक टोटल मार्क्स कि बेटा अपने को फोर हंड्रड ठीक है जी ਜਿਹੜਾ ਨੇ ਸਕਿਉਰ ਕੀਤੇ ਨੇ ਅਨੀਤਾ ਨੇ ਸਕਿਉਰਡ ਮਾਰਕਸ ਕਿੰਨੇ ਨੇ ਆਪਣੇ ਕੋਲ ਪ੍ਰਾਪਤ ਕੀਤੇ ਅੰਕ ਕਿੰਨੇ ਨੇ ਆਪਣੇ ਕੋਲ ਉਹ ਹੈਗੇ ਨੇ ਆਪਣੇ ਕੋਲ 324 ਹੁਣ ਆਪਾਂ ਨੇ ਇਹਦੀ ਪਰਸੈਂਟੇਜ ਕਰਨੀ ਆ ਪਰਸੈਂਟੇਜ ਦਾ ਤਰੀਕਾ ਦੇਖੋ ਬੇਟਾ ਜੀ ਪਰਸੈਂਟੇਜ ਆਪਾਂ ਕਿਵੇਂ ਫਾਈਂਡ ਆਊਟ ਕਰਾਂਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਜਿੰਨੇ ਮਾਰਕਸ ਉਹਨੇ ਸਕਿਉਰ ਕੀਤੇ ਨੇ ਜਿਵੇਂ 324 ਡਿਵਾਈਡਿਡ ਬਾਈ ਟੋਟਲ ਮਾਰਕਸ ਕਿੰਨੇ ਨੇ ਆਪਣੇ ਕੋਲ 400 ਇੰਟੂ 100 ਠੀਕ ਹੈ ਜੀ ਜਿਹਦੀ ਪਰਸੈਂਟੇਜ ਕਰਨੀ ਆ ਉਹ ਅੰਕ ਉੱਪਰ ਜਿਹੜੇ ਸਕੋਰ ਮਾਰਕਸ ਦੀ ਆਪਾਂ ਪਰਸੈਂਟੇਜ ਕਰਨੀ ਸੀ ਸਕੋਰ ਕਿੰਨੇ ਦਿੱਤੇ ਨੇ ਪ੍ਰਾਪਤ ਕਿੰਨੇ ਕੀਤੇ ਐ 324 ਉੱਪਰ ਆ ਗਏ ਕਿੰਨਾ ਵਿੱਚੋਂ ਟੋਟਲ ਕਿੰਨੇ ਨੇ 400 ਆਪਾਂ ਨੇ ਪਰਸੈਂਟੇਜ ਚ ਕਨਵਰਟ ਕਰਨਾ ਇੰਟੂ 100 ਦੇਖੋ ਜ਼ੀਰੋ ਨਾਲ ਜ਼ੀਰੋ ਕੱਟ ਗਈ ਬੇਟਾ ਜੀ ਠੀਕ ਹੈ 4 ਨੂੰ 324 ਨੂੰ 4 ਨਾਲ ਡਿਵਾਈਡ ਕਰ ਦਿਓ ਕਿੰਨਾ ਬਣ ਗਿਆ ਆਪਣੇ ਕੋਲ 81 ਜਾਂਦੀ ਆਪਣੇ ਕੋਲ ਪਰਸੈਂਟੇਜ ਕਿੰਨੀ ਆ ਗਈ ਇਹਦੀ 81% ਠੀਕ ਹੈ ਬੇਟਾ ਦੇਖੋ ਹੁਣ ਆਪਾਂ ਨੈਕਸਟ ਕੁਐਸਚਨ ਕਰਦੇ ਆਂ ਦਾ ਨੈਕਸਟ ਕੁਐਸਚਨ ਹੈ ਆਪਣੇ ਕੋਲ ਆਊਟ ਆਫ 32 ਸਟੂਡੈਂਟਸ ਠੀਕ ਹੈ 32 ਵਿਦਿਆਰਥੀਆਂ ਦੇ ਵਿੱਚੋਂ 8 ਆਰ ਐਬਸੈਂਟ ਫਰਮ ਦਾ ਕਲਾਸ ਜਿਹੜਾ 8 ਵਿਦਿਆਰਥੀ ਨੇ ਜਮਾਤ ਵਿੱਚ ਗੈਰਹਾਜ਼ਰ ਨੇ ਵਾਟ ਇਜ਼ ਦਾ ਪਰਸੈਂਟੇਜ ਆਫ ਸਟੂਡੈਂਟਸ ਹੂ ਆਰ ਐਬਸੈਂਟ ਕਿੰਨੇ ਪ੍ਰਸ਼ ਅਧਿਆਰਥੀ ਗੈਰਹਾਜ਼ਰ ਨੇ ਉਹਨਾਂ ਦੀ ਆਪਣੇ ਪਰਸੈਂਟੇਜ ਫਾਈਂਡ ਆਊਟ ਕਰਨੀ ਆ ਦੇਖੋ ਐਬਸੈਂਟ ਹੀ ਆਪਨ ギਵਨ ਹੈ ਐਬਸੈਂਟ ਦੀ ਆਪਣੇ ਪਰਸੈਂਟੇਜ ਫਾਈਂਡ ਆਊਟ ਕਰਨੀ ਆ देखो बेटा टोटल स्टूडेंट्स कुल विद्यार्थी ठीक है टोटल स्टूडेंट्स कुल विद्यार्थी ने अपने को बेटा जी थर्टी टू ठीक है एबसेंट ने अपने को एबसेंट ने अपने एट ठीक है अपने परसेंटेज करनी है एबसेंट स्टूडेंट की परसेंटेज ऑफ एबसेंट परसेंटेज ऑफ एबसेंट स्टूडेंट्स ਠੀਕ ਹੈ ਜੀ ਪਰਸੈਂਟੇਜ ਆਫ ਐਬਸੈਂਟ ਸਟੂਡੈਂਟ ਗੈਰ ਹਾਜ਼ਰ ਵਿਦਿਆਰਥੀਆਂ ਦੀ ਪ੍ਰਤੀਸ਼ਤ ਕਿਵੇਂ ਕੱਢਾਂਗੇ ਆਪਾਂ ਉਹ ਦੇਖੋ ਐਬਸੈਂਟ ਕਿੰਨੇ ਨੇ 8 ਟੋਟਲ ਕਿੰਨੇ ਨੇ ਆਪਣੇ ਕੋਲ 32 ਠੀਕ ਹੈ ਜੀ ਪਰਸੈਂਟੇਜ ਕਨਵਰਟ ਕਰਨਾ ਹੰਡ ਨਾਲ ਕੀ ਕਰਾਂਗੇ ਆਪਾਂ ਮਲਟੀਪਲਾਈ ਦੇਖੋ 8 ਦੇ ਟੇਬਲ ਤੇ ਇਹ ਕੱਢ ਕੇ 8 ਵನ್ಸ್ ਆ 8 8 ਫੋਰਸ ਆ 32 ਹੰਡੋਂ ਨੂੰ 4 ਤੇ ਡਿਵਾਈਡ ਕਰਾਂਗੇ ਜੀ ਤਾਂ ਆਪਣੇ ਕੋਲ ਕਿੰਨਾ ਆ ਗਿਆ 25 ਇਹਦਾ ਮਤਲਬ ਆਪਣੇ ਕੋਲ ਕਿੰਨੇ ਵਿਦਿਆਰਥੀ ਐਬਸੈਂਟ ਨੇ ਜੀ 25 ਪਰਸੈਂਟ ठीक है जी कि ट्वेंटी फाइव परसेंट नैक्सट क्वेश्चन देखो जी देर आर वन ट्वेंटी ठीक है टोटल एक सौ भी मतदाता ने अपने को नाइंटी आउट ऑफ दैम वोटर उन्होंने नब्बे ने मत मतदान भाग लिया वट परसेंट डिड नॉट वोट अपने दस ला भी किन्ने मतदान नहीं किया ਦੇਖੋ ਬੇਟਾ 90 ਨੇ મતદાન ਕੀਤਾ ਵੋਟ ਪਾਈ ਆ ਠੀਕ ਹੈ ਬਾਕੀ ਦੇਖੋ ਕਿੰਨੇ ਨੇ ਵੋਟ ਨਹੀਂ ਪਾਈ ਕਿਉਂਕਿ ਅੱਪ ਜਿਹਦੀ ਪਰਸੈਂਟੇਜ ਕਰਨੀ ਆ ਆਪਾਂ ਨੂੰ ਉਹਦੀ ਕਾਊਂਟਿੰਗ ਕਰਨੀ ਪਊਗੀ ਦੇਖੋ ਬੇਟਾ ਟੋਟਲ ਕਿੰਨੇ ਨੇ ਆਪਣੇ ਕੋਲ ਟੋਟਲ ਵੋਟਰਸ ਕਿੰਨੇ ਨੇ ਆਪਣੇ ਕੋਲ ਠੀਕ ਹੈ ਪੰਜਾਬੀ ਚ ਲਿਖੋਗੇ ਕੁੱਲ ਮਤਦਾਤਾ ਕਿੰਨੇ ਨੇ ਆਪਣੇ ਕੋਲ 120 ਠੀਕ ਹੈ ਜੀ ਹੂ ਵੋਟਡ ਜਿਨੇ ਵੋਟ ਪਾਈ ਆ ਨੰਬਰ ਆਫ ਵੋਟਰਸ ਹੂ ਵੋਟਡ ਕਿੰਨੇ ਨੇ ਵੋਟ ਪਾਈ ਆ ਉਹ ਪਾਈ ਆਪਣੇ ਕੋਲ 90 ਠੀਕ ਹੈ ਜਿਨ੍ਹਾਂ ਨੇ ਮਤਦਾਨ ਵਿੱਚ ਭਾਗ ਲਿਆ ਠੀਕ ਹੈ ਹੁਣ ਆਪਾਂ ਨੇ ਪਹਿਲਾਂ ਨੰਬਰ ਕਢ ਲਓ ਹੂ ਡਿਡ ਨਾਟ ਵੋਟ ਜਿਨ੍ਹਾਂ ਨੇ ਵੋਟ ਨਹੀਂ ਪਾਈ ਹੂ ਡਿਡ ਨਾਟ ਵੋਟ ਜਿਨ੍ਹਾਂ ਨੇ ਮਤਦਾਨ ਵਿੱਚ ਭਾਗ ਨਹੀਂ ਲਿਆ ਦੇਖੋ ਟੋਟਲ ਕਿੰਨੇ ਨੇ 120 ਠੀਕ ਹੈ 90 ਨੇ ਪਾਰਟਿਸਪੇਟ ਕੀਤਾ ਬਾਕੀ ਕਿੰਨੇ ਰਹਿ ਗਏ ਮਾਈਨਸ ਕਰਕੇ ਦੇਖੋ 120 ਦੇ ਵਿੱਚੋਂ 90 ਮਾਈਨਸ ਕੀਤੇ ਕਿੰਨੇ ਰਹਿ ਗਏ ਆਪਣੇ ਕੋਲ 30 ਠੀਕ ਹੈ ਹੁਣ ਆਪਾਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਦੇ ਕੀ ਕਰਨੇ ਆਪਾਂ ਨੇ ਪ੍ਰਤੀਸ਼ਤ ਪਰਸੈਂਟੇਜ ਕਰਨੀ ਆਪਾਂ ਨੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਕਿੰਨੇ ਆਉਗੇ ਜੀ ਆਪਣੇ ਕੋਲ ਟੋਟਲ ਕਿੰਨੇ ਸੀਗੇ ਆਪਣੇ ਕੋਲ 120 ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਕਿੰਨੇ ਨੇ ਆਪਣੇ ਕੋਲ 30 ਕਿੰਨਾ ਆ ਗਿਆ ਆਪਣੇ ਕੋਲ 30 120 100 ਠੀਕ ਹੈ ਜੀ ਜ਼ੀਰੋ ਨਾਲ ਜ਼ੀਰੋ ਕੈਨਸਲ ਆਊਟ ਹੋ ਗਈ ਠੀਕ ਹੈ ਜੀ ਹੁਣ ਇਹ ਆਪਾਂ 3 ਦੇ ਟੇਬਲ ਤੇ ਕੱਟ ਜਾਾਂਗੇ 3 ਵਾਂ 3 ਨਾਂ ਜਾਂਦੀ ਜ਼ੀਰੋ 10 ਬਣ ਗਿਆ ਜੀ ਠੀਕ ਹੈ ਨੀਚੇ ਕਿੰਨਾ ਆ ਗਿਆ 3 ਦੇ ਟੇਬਲ ਤੇ 3 4 12 ਹੁਣ ਦੇਖੋ 2 ਦੇ ਟੇਬਲ ਤੇ ਕਰ ਗਿਆ 2 2 4 2 5 10 ਠੀਕ ਹੈ ਆ ਵੀ ਕੱਟ ਗਿਆ ਜੀ 2 5 10 ਠੀਕ ਹੈ 5 ਨੂੰ 5 ਨਾਲ ਮਲਟੀਪਲਾਈ ਕੀਤਾ ਕਿੰਨਾ ਆ ਗਿਆ ਆਪਣੇ ਕੋਲ 25% ਮਤਲਬ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਕਿੰਨੇ ਸੀ ਆਪਣੇ ਕੋਲ ਵੋਟਰ 25% ਬੇਟਾ ਜੀ ਇਹ ਤਿੰਨ ਕੁਐਸਚਨਸ ਤੁਸੀਂ ਨੋਟਬੁਕਸ ਤੇ ਨੋਟ ਕਰ ਲੈਣੇ ਨੇ ਠੀਕ ਹੈ thank you share subscribe जरूर ਕਰ ਕਰ ਬੈਟਾ ਜੀ thank you